हेलो एवरीवन आज आप करा लेख बसंत रुत। रुत्त भारत देश है इतने अपनी अपनी बारी छह छ रुत्त आन इन सारे बसंत रुत्त की रानी है यह रुत्त सब रुत्त तो बधेरे हरमन प्यारी है ਜਦੋਂ ਸਾਰੇ ਲੋਕ ਪਾਲੇ ਨਾਲ ਕੰਬ ਰਹੇ ਹੁੰਦੇ ਹਨ ਤਾਂ ਉਹਨਾਂ ਦੀਆਂ ਅੱਖਾਂ ਬਸੰਤ ਤੇ ਲੱਗਿਆ ਹੁੰਦੀਆਂ ਹਨ ਕਿ ਕਦੋਂ ਬਸੰਤ ਦਾ ਦਿਨ ਆਵੇ ਤੇ ਪਾਲੇ ਦਾ ਜਾਨ ਦਾ ਯਕੀਨ ਬਨੇ ਬਸੰਤ ਰੁੱਤ ਆਉਂਤੇ ਲੋਕ ਸੁਖ ਦਾ ਸਹਾਰ ਲੈਂਦੇ ਹਨ ਤੇ ਉਹ ਬੜੇ ਪ੍ਰਸੰਨ ਹੁੰਦੇ ਹਨ ਹਰ ਕੋਈ ਸਮਝਦਾ ਹੈ ਕਿ ਹੁਣ ਖੁੱਲੀ ਨਿੰਗੀ ਤੇ ਹਰ ਇੱਕ ਨੂੰ ਨਵਾਂ ਰੂਪ ਦੇਣ ਵਾਲੀ ਰੁੱਤ ਆ ਗਈ ਹੈ ਬਸੰਤ ਰੁੱਤ ਨੂੰ ਰੁੱਤਾਂ ਦਾ ਰਾਜਾ ਕਿਹਾ ਜਾਂਦਾ ਹੈ ਕੁਦਰਤ ਨੇ ਜੀਵੇ ਸਾਰੇ ਰੁੱਤਾਂ ਦੇ ਗੁਣ ਦੇ ਮਿਲਾਪ ਨਾਲ ਇਸ ਰੁੱਤ ਦਾ ਨਿਰਮਾਣ ਕੀਤਾ ਹੈ। ਬਸੰਤ ਰੁੱਤ ਵਿੱਚ ਸਾਰੀਆਂ ਰੁੱਤਾਂ ਦੇ ਗੁਣ ਸ਼ਾਮਲ ਹਨ ਇਸ ਲਈ ਇਸ ਨੂੰ ਰੁੱਤਾਂ ਦੇ ਰਾਜਾ ਦੀ ਪਦਵੀ ਪ੍ਰਾਪਤ ਹੈ। ਇਹ ਕੁਦਰਤ ਦੇ ਖੇਡਣ ਦਾ ਮੌਸਮ ਹੈ। ਇਸ ਮੌਸਮ ਵਿੱਚ ਉਹ ਖੁਸ਼ੀ ਬਖੀਰਦੀ ਹੈ। ਭਾਰਤ ਵਿੱਚ ਇਹ ਸਾਰੀਆਂ ਰੁੱਤਾਂ ਤੋਂ ਮਹਾਨ ਹੈ। ਇਸ ਰੁੱਤ ਵਿੱਚ ਸੁਭਾਵਿਕ ਰੂਪ ਨਾਲ ਹਰੇਕ ਦਾ ਮਨ ਖੁਸ਼ੀ ਨਾਲ ਖੇੜ ਉੱਠਦਾ ਹੈ। ਇਸ ਰੁੱਤ ਵਿੱਚ ਜੀਵ ਮਾਤਰ ਦੀ ਖੁਸ਼ੀ ਵਿਖਾਈ ਦਿੰਦੀ ਹੈ ਕਿਉਂਕਿ ਜ਼ਿਆਦਾ ਸਰਦੀ ਅਤੇ ਜ਼ਿਆਦਾ ਗਰਮੀ ਨਾਲ ਮਨੁੱਖ ਦਾ ਮਨ ਅਸ਼ਾਂਤ ਰਹਿੰਦਾ ਹੈ ਪਰੰਤੂ ਇਸ ਰੁੱਤ ਵਿੱਚ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਸਰਦੀ ਨਾ ਜ਼ਿਆਦਾ ਮੀਂਹ ਸਭ ਬਰਾਬਰ ਹੋਣ ਦੇ ਕਾਰਨ ਕੰਮ ਕਰਨ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ ਇਹ ਰੁੱਤ ਬਹੁਤ ਹੀ ਸੁਆਭਨੀ ਹੁੰਦੀ ਹੈ ਨਾ ਸਰਦ ਰੁੱਤ ਦਾ ਪਾਲਾ ਤੇ ਨਾ ਗਰਮ ਰੁੱਤ ਦੀ ਗਰਮੀ ਸਹੀ ਇਹ ਨਿੱਜੀ ਤੇ ਮਨ ਪਾਉਂਦੀ ਹੁੰਦੀ ਹੈ ਜੀਵ ਜੰਤੂਆਂ ਅਤੇ ਪੌਦਿਆਂ ਵਿੱਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ ਦਰਖਤਾ ਤੋਂ ਛੋਟੇ ਟੀਆਂ ਦੇ ਪੱਤੇ ਜੋ ਕਿ ਸਰਦੀ ਦੇ ਕੱਪੜਾ ਨੇ ਛਾੜ ਦਿੱਤੇ ਹੁੰਦੇ ਹਨ ਮੂੜ ਹਰੇ ਭਰੇ ਹੋਣ ਲੱਗਦੇ ਹਨ ਟਹਿਣੀਆਂ ਵਿੱਚ ਨਿੱਕੇ ਪੱਤੇ ਇਸ ਤਰ੍ਹਾਂ ਨਿਕਲਣ ਲੱਗਦੇ ਹਨ ਜਿਵੇਂ ਆਂਲੇ ਦੇ ਬੋਟਾ ਦੀਆਂ ਖੰਭੀਆਂ ਨਿਕਲ ਰਹੀਆਂ ਹੋਣ ਠੰਡ ਦੇ ਦਿਨਾਂ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ ਚੇਤ ਅਤੇ ਵਿਸਾਖ ਵਸੰਤ ਦੇ ਮਹੀਨੇ ਹਨ। ਬਸੰਤ ਰੁੱਤ ਵਿੱਚ ਮੌਸਮ ਬਹੁਤ ਹੀ ਸੁਹਾਵਣਾ ਰਹਿੰਦਾ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੇ ਰੰਗ-बिरंगे ਫੁੱਲ ਖਿੜਦੇ ਹਨ। ਭੋਰੇ ਸ਼ਹਿਦਦਿਆਂ ਮੱਖੀਆਂ ਤੇ तितਲੀਆਂ ਫੁੱਲਾਂ ਉੱਪਰ ਉਡਾਰੀਆਂ ਮਾਰਦੀਆਂ ਤੇ ਖੁਸ਼ੀ ਵਿੱਚ ਨੱਚਦੀਆਂ ਹਨ। ਇਹਨਾਂ ਦਿਨਾਂ ਵਿੱਚ ਅੰਬਾ ਤੇ ਬੂਰ ਆ ਜਾਂਦਾ ਹੈ ਤੇ ਨਿੱਕੀਆਂ-ਨਿੱਕੀਆਂ ਅੰਬੀਆਂ ਤੁਰ ਪੈਂਦੀਆਂ ਹਨ। ਕੋयल ਦੀ ਕੋ ਕੋ ਸੁਣ ਕੇ ਹਰ ਇੱਕ ਦੇ ਮਨ ਨੂੰ ਮਸਤੀ ਚੜਦੀ ਹੈ। ਬਸੰਤ ਪੰਚਮੀ ਅਤੇ ਹੋਲੀ ਬਸੰਤ ਰੁੱਤ ਦੇ ਮੁੱਖ ਤਿਆਰ ਹਨ। ਖੁਸ਼ੀਆਂ ਦਾ ਪ੍ਰਗਟਾਵਾ ਬਸੰਤ ਪੰਚਮੀ ਦਾ ਸਵਾਗਤ ਕਰਨ ਲਈ ਧਾ-ਧਾਤੇ ਵਿਸ਼ੇਸ਼ ਪ੍ਰਕਾਰ ਦੇ ਸਮਾਗਮ ਹੁੰਦੇ ਹਨ। ਇਸ ਦਿਨ ਮੇਲੇ ਲੱਗਦੇ ਹਨ। ਖਿਡੂਨੀਆਂ ਤੇ ਮਠਾਈਆਂ ਦੀਆਂ ਦੁਕਾਨਾਂ ਸਜਦੀਆਂ ਹਨ। ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ। ਬਸੰਤੀ ਰੰਗ ਦੀਆਂ ਪੱਗਾਂ ਬੰਦੇ ਹਨ। ਘਰ ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ। ਖਿਡੌਣਿਆਂ ਤੇ ਮਠਾਈਆਂ ਦੀਆਂ ਦੁਕਾਨਾਂ ਸਜਦੀਆਂ ਹਨ। ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ। ਬਸੰਤੀ ਰੰਗ ਦੀਆਂ ਪੱਗਾਂ ਬੰਦੇ ਹਨ। ਘਰ ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ। ਬੱਚੇ ਅਤੇ ਜਵਾਨ ਪਤੰਗਬਾਜ਼ੀ ਕਰਦੇ ਹਨ। ਪੀਲੇ ਰੰਗ ਦੇ ਪਤੰਗਾ ਨੂ ਰੰਗ ਵੀ ਰੰਗੀਆਂ ਡੋਰੀਆਂ ਨਾਲ ਆਕਾਸ਼ ਵਿੱਚ ਉਡਾ ਕੇ ਆਪਣਾ ਮਨ ਬਹਿਲਾਉਂਦੇ ਹਨ ਮੇਲਿਆਂ ਵਿੱਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡ ਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਬੱਚੇ ਤੇ ਕੂੜੀਆਂ ਪੰਘੂੜੇ ਝੂਟਦੇ ਹਨ ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਤਰਮੀਦੀ ਸ਼ਹੀਦੀ ਨਾਲ ਵੀ ਹੈ ਇਸ ਦਿਨ ਉਸ ਵੀਰ ਨੂੰ ਆਪਣੇ ਧਰਮ ਵਿੱਚ ਪੱਕਾ ਹੋਣ ਕਰਕੇ ਮੌਤ ਤੇ ਕਾਠ ਉਤਾਰ ਦਿੱਤਾ ਗਿਆ ਸੀ ਇਸ ਦਿਨ ਉਸ ਵੀ ਦੀ ਯਾਦ ਵਿੱਚ ਕਵੀ ਦਰਵਾਰ ਹੁੰਦੇ ਹਨ ਤੇ ਉਸ ਨੂੰ ਸ਼ਰਧਾਂਜਲੀयां ਪੇਟ ਕੀਤੀਆਂ ਜਾਂਦੀਆਂ ਹਨ ਬਸੰਤ ਤੇ ਕਵਿਤਾ ਭਾਰਤ ਦੀ ਕੋਈ ਭਾਸ਼ਾ ਹੀ ਅਜੀਹੀ ਹੋਵੇਗੀ ਜਿਸ ਦੇ ਕਵੀਆਂ ਨੇ ਬਸੰਤ ਰੁੱਤੀ ਮਹਤਵ ਨਾ ਲਿਖੀ ਹੋਵੇ ਬਸੰਤ ਰੁੱਤਤੀ ਸੁੰਦਰਤਾ ਸੰਬੰਧੀ ਬਹੁਤ ਸਾਰੇ ਲੋਕ ਗੀਤ ਵੀ ਮਿਲਦੇ ਹਨ ਇਹ ਰੁੱਤ ਮਨੁੱਖ ਦੀ ਸਿਹਤ ਨੂੰ ਬਣਾਉਣ ਤੇ ਨਿਖਾਰਨ ਲਈ ਬੜੀ ਦੁੱਖ ਸੋਰੀ ਦੁਕਵੀ ਹੈ ਹਵਾ ਦਾ ਆਨੰਦ ਲੈਣ ਲਈ ਲੋਕ ਇਸ ਰੁੱਤ ਵਿੱਚ ਸਵੇਰੇ ਸੈਰ ਕਰਨ ਲਈ ਜਾਂਦੇ ਹਨ ਤੰਦਰੁਸਤੀ ਦ੍ਰਿਸ਼ਟੀ ਤੋਂ ਇਹ ਰੁੱਤ ਸਾਰਿਆਂ ਨਾਲੋਂ ਵੱਧ ਲਾਭਦਾਇਕ ਹੈ ਸਵੇਰੇ ਦੀ ਸ਼ੁੱਧ ਹਵਾ ਸਾਰਿਆਂ ਨਾਲੋਂ ਚੰਗੀ ਦਵਾਈ ਦਾ ਕੰਮ ਕਰਦੀ ਹੈ ਇਸ ਲਈ ਇਸ ਰੁੱਤ ਵਿੱਚ ਸਾਰਿਆਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਛਾਈ ਰਹਿੰਦੀ ਹੈ ਇਹ ਰੁੱਤ ਖੁਸ਼ੀ ਦਾ ਪ੍ਰਤੀਕ ਹੈ ਬਸੰਤ ਰੁੱਤ ਹਰ ਇੱਕ ਵਿਅਕਤੀ ਵਿੱਚ ਨਵੀਂ ਖੁਸ਼ੀ ਪਾਰ ਦੇਣ ਵਾਲਾ ਤਿਹਾਵਾਰ ਹੈ ਇਹ ਨਵੇਂ ਜੀਵਨ ਅਤੇ ਨਵੀਂ ਜਵਾਨੀ ਦਾ ਸੰਚਾਰ ਕਰਨ ਵਾਲਾ ਹੈ ਸਮੂਚੇ ਤੌਰ ਤੇ ਬਸੰਤ ਰੁੱਤ ਪੰਜਾਬ ਦੀਆਂ ਰੁੱਤਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੁੱਤ ਹੈ ਇਸ ਰੁੱਤ ਵਿੱਚ ਨਵੇਂ ਜੀਵਨ ਨਵੇਂ ਮੌਸਮ ਤੇ ਨਵੀਆਂ ਰਿਝਾ ਦਾ ਸੰਚਾਰ ਹੁੰਦਾ ਹੈ ਬਸੰਤ ਮੇਰਾ ਵੀ ਸਭ ਤੋਂ ਮਨ ਭਾਉਂਦਾ ਰੂਪ ਸੌਰੀ ਰੁੱਤ ਹੈ ਥੈਂਕ ਯੂ ਵੈਰੀ ਮਚ एवरीवन